ਇੱਕ ਵੇਲਾ ਹਾਈ ਜਿਹੜੇ ਵੇਲੇ ਬੰਦੇ ਪੱਤਿਆਂ ਦੀ ਬਣੀ ਹੋਈ ਪੱਤਲ ਦੇ ਉੱਤੇ ਰੋਟੀ ਖਾਂਦੇ ਹਨ ਤੇ ਘਰ ਵਿੱਚ ਕੋਈ ਮਹਿਮਾਨ ਆਵੇਂਦਾ ਹਾਈ ਤਾਂ ਉਹ ਵੀ ਆਪ ਵੀ ਹਰੇ ਭਰੇ ਥੀ ਵੈਂਦੇ ਹਨ ਤੇ ਸਾਰਾ ਪਰਿਵਾਰ ਉਹਨਾਂ ਦੇ ਸਵਾਗਤ ਵਿੱਚ ਵੈਂਦਾ ਹਾਈ। ਵੱਲ ਹੁੰਦੇ ਪਾਉਣ ਬਾਅਦ ਮਿੱਟੀ ਦੇ ਭਾਂਡੇ ਆ ਗਏ। ਮਿੱਟੀ ਦੇ ਭਾਂਡੇ 'ਚ ਰੋਟੀ ਖਾਣੀ ਸ਼ੁਰੂ ਕੀਤੀ ਤਾਂ ਉਹ ਜ਼ਮੀਨ ਦੇ ਨਾਲ ਜੁੜ ਕੇ ਰਿਸ਼ਤੇ ਵੀ ਨਿਭਾਉਣ ਲੱਗਾ। ਹੁੰਦੇ ਪਾਉਣ ਬਾਅਦ ਪਿੱਤਲ ਦੇ ਭਾਂਡੇ ਆ ਗਏ ਤਾਂ ਵੱਲ 6 ਮਹੀਨੇ 'ਚ ਜਾਂ ਸਾਲ 'ਚ ਇੱਕ ਵਾਰੀ ਉਹਨਾਂ ਨੂੰ ਚਮਕਾ ਗਿੰਦਾ ਹਾਈ, ਰਿਸ਼ਤਿਆਂ ਨੂੰ ਵੀ ਚਮਕਾ ਗਿੰਦਾ ਹਾਈ। ਹੁੰਦੇ ਕੋਣ ਬਾਅਦ ਕੰਚ ਦੇ ਬਰਤਨ ਆ ਗਏ, ਸ਼ੀਸ਼ੇ ਦੇ ਬਰਤਨ ਆ ਗਏ ਅਤੇ ਜ਼ਰਾ ਜਿਹੀ ਸੱਟ ਲੱਗੀ ਨਹੀਂ, ਜ਼ਰਾ ਜਿਹੀ ਕੋਈ ਚੋਟ ਲੱਗੀ ਨਹੀਂ ਤਾਂ ਉਹ ਟੁੱਟ ਟੁੱਟ ਕੇ ਵਿਖਰ ਵੈਂਦੇ ਹਨ। ਅਤੇ ਅੱਜ ਕੱਲ੍ਹ ਥਰਮੋਕੋਲ ਦੇ ਅਤੇ ਕਾਗਜ਼ ਦੇ ਭਾਂਡੇ ਆ ਪਏ ਹਨ ਅਤੇ ਜਿਹਦਾ ਮਤਲਬ ਹੈ ਯੂਜ਼ ਐਂਡ ਥਰੋ। ਉਵੇਂ ਹੀ ਬਿਲਕੁਲ ਰਿਸ਼ਤੇ ਥੀ ਗਏ, ਯੂਜ਼ ਐਂਡ ਥਰੋ। ਉਹਦੇ ਨਾਲ ਕੋਈ ਕੰਮ ਹੈ ਤਾਂ ਉਹ ਰਿਸ਼ਤਾ ਹੈ, ਜੇ ਉਹਦੇ ਨਾਲ ਕੰਮ ਕਹਿਣੀ ਤਾਂ ਰਿਸ਼ਤਾ ਕਹਿਣੀ। ਸਾਰੀਆਂ ਭੈਣਾਂ ਅਤੇ ਭਰਾਵਾਂ ਕੋਮੇਡੀ, ਰਾਮ ਰਾਮ। ਮੈਂ ਊਸ਼ਾ ਤਨੇਜਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਮੈਂ ਪੇਸ਼ ਥੀ ਹਾਂ ਤੁਹਾਡੇ ਅੱਗੇ ਰਿਸ਼ਤਿਆਂ ਦੇ ਉੱਤੇ ਗੱਲ ਕਰਨ ਵਾਸਤੇ ਕਿ ਰਿਸ਼ਤੇ ਕਿਤਨੇ ਨਾਜ਼ੁਕ ਥੀ ਗਏ ਹਨ, ਕਿ ਜ਼ਰਾ ਜਿਹੀ ਕੋਈ ਗੱਲ ਥਈ ਨਹੀਂ, ਗੱਲ ਤਾਂ ਦੂਰ ਦੀ ਗੱਲ ਹੈ ਤੇ ਕੋਈ ਹੋਣੀ, ਪਰ ਇੱਕ ਦਿਮਾਗ ਵਿੱਚ ਇੱਕ ਕੀੜਾ ਬੜਾ ਹੋਇਆ ਹੈ ਕਿ ਇਹ ਸਾਡੇ ਰਿਸ਼ਤੇਦਾਰ ਹਨ ਅਤੇ ਇਹ ਸਾਡੇ ਨਾਲ ਚੰਗਾ ਨਹੀਂ ਵਰਤ ਸਕਦੇ। ਤਾਂ ਇਹੋ ਹੀ ਇੱਕ ਰੌਲਾ ਹੈ ਜਿਹੜਾ ਕਿ ਰਿਸ਼ਤਿਆਂ ਨੂੰ ਦੂਰ ਦੂਰ ਕਰਨ ਲੱਗ ਗਿਆ ਹੈ। ਆਪਣੇ ਆਸ ਪਾਸ ਜਿੱਥੇ ਵੀ ਨਜ਼ਰ ਮਾਰੋ, ਦੂਰ ਦੂਰ ਤੱਕ ਨਜ਼ਰ ਮਾਰੋ ਤਾਂ ਉੱਥੇ ਇਹੋ ਹੀ ਦਿਖਦਾ ਹੈ ਕਿ ਰਿਸ਼ਤਿਆਂ ਵਿੱਚ ਤਾਂ ਉਹ ਗਰਮੀ ਰਹਿ ਹੀ ਕਹਿ ਨਹੀਂ ਗਈ, ਬਿਲਕੁਲ ਠੰਡੇ ਪੈ ਗਏ ਹਨ। ਠੰਡੇ ਪੈਵਣ ਦੇ ਨਾਲ ਨਾਲ ਉਹ ਚੂਰ ਚੂਰ ਵੀ ਥੀ ਗਏ, ਦਰਾਰਾਂ ਪੈਂਦੀਆਂ ਪੈਂਦੀਆਂ ਹਨ। ਉਹਨਾਂ ਦਰਾਰਾਂ ਕੋਲ ਉਹ ਆਪਣੇ ਵਿਵਹਾਰ ਨਾਲ, ਆਪਦੀ ਸੋਚ ਨਾਲ ਉਹਨਾਂ ਦਰਾਰਾਂ ਕੋਲ ਚੌੜਾ ਕਰਦੇ ਪੈਂਦੇ ਹਨ। ਜਿਹੜੇ ਦਰਾਰਾਂ ਚੌੜੀਆਂ ਥੀ ਪੈਂਦੀਆਂ ਹਨ ਅਤੇ ਉਸ ਵੇਲੇ ਉਹ ਰਿਸ਼ਤੇ ਟੁੱਟ ਕੇ ਬਿਖਰ ਪੈਂਦੇ ਹਨ। ਅਤੇ ਜ਼ਰੂਰੀ ਨਹੀਂ ਕਿ ਗਲਤੀ ਹੋਵੇ, ਜੇ ਗਲਤੀ ਹੋਵੇ ਵੀ ਸਹੀ ਤਾਂ ਕੀ ਥੀ ਗਿਆ, ਮਾਫ਼ ਤਾਂ ਕਰ ਹੀ ਸਕਦਾ ਨਾ ਬੰਦਾ, ਔਰ ਮਾਫ਼ ਵੀ ਮੰਗ ਵੀ ਸਕਦਾ ਹੈ ਬੰਦਾ। ਤਾਂ ਅਸਾਂ ਮਾਫ਼ੀ ਮੰਗ ਵੀ ਸਕਦੇ ਹਾਂ, ਮਾਫ਼ ਕਰ ਵੀ ਸਕਦੇ ਹਾਂ। ਅਤੇ ਪਰਿਵਾਰ ਵਿੱਚ ਇੱਕਜੁੱਟਤਾ ਹੋਣਾ ਬਹੁਤ ਜ਼ਰੂਰੀ ਹੈ। ਪਰਿਵਾਰ ਇੱਕ ਹੁੰਦਾ ਹੈ ਤਾਂ ਦੁਨੀਆ ਵੀ ਸਾਕੂ ਸਲਾਮ ਕਰੇਂਦੀ ਹੈ। ਅੱਜ ਕੱਲ੍ਹ ਇੱਕ ਗੱਲ ਬਹੁਤ ਚੱਲਦੀ ਪਈ ਹੈ ਕਿ ਸਾਰੇ ਇਹ ਕਹਿੰਦੇ ਨੇ ਕਿ ਸਾਕੂ ਸਾਡੇ ਰਿਸ਼ਤੇਦਾਰ ਨੇ ਧੋਖਾ ਦਿੱਤਾ, ਸਾਕੂ ਸਾਡੇ ਰਿਸ਼ਤੇਦਾਰ ਪਸੰਦ ਨਹੀਂ ਕਰੇਂਦੇ ਜਾਂ ਸਾਡੇ ਕੋਲ ਜੈਲਸੀ ਰੱਖੇਂਦੇ ਹਨ। ਤਾਂ ਇਹੋ ਜਿਹੀ ਗੱਲ ਸਿਰਫ ਸਾਡੇ ਰਿਸ਼ਤੇਦਾਰ ਹੀ ਨਹੀਂ ਆਉਂਦੇ, ਅਸਾਂ ਵੀ ਉਹਨਾਂ ਰਿਸ਼ਤੇਦਾਰਾਂ 'ਚ ਆਉਂਦੇ ਹਾਂ। ਜੇ ਅਸਾਂ ਉਹਨਾਂ ਕੋਲ ਕਹਿੰਦੇ ਹੈ ਕਿ ਉਹਨਾਂ ਦੇ ਦਿਲ ਵਿੱਚ ਕੁਝ ਮਾੜਾ ਹੈ ਤਾਂ ਉਹ ਕਿਆ ਪਤਾ ਸਾਡੇ ਬਾਰੇ ਵੀ ਇਹ ਕਹਿੰਦੇ ਹੋ ਸਨ ਕਿ ਇਹਨਾਂ ਦੇ ਦਿਲ ਵਿੱਚ ਸਾਡੇ ਵਾਸਤੇ ਮਾੜਾ ਹੈ। ਤਾਂ ਇਸ ਵਾਸਤੇ ਦੂਜਿਆਂ ਨੂੰ ਬੁਰਾ ਆਖਣ ਦੀ ਬਜਾਏ ਪਹਿਲੇ ਇਹ ਸੋਚ ਗਿਣੋ ਕਿ ਕਢਾਈ ਅਸਾਂ ਤਾਂ ਬੁਰੇ ਕਹਿਣੀ, ਕਢਾਈ ਸਾਡੇ 'ਚ ਤਾਂ ਕੋਈ ਕਮੀ ਕਹਿਣੀ। ਜੇ ਅਸਾਂ ਆਪਣੇ ਆਪ ਨੂੰ ਦੇਖਸੋ ਤਾਂ ਚੰਗਾ ਲੱਗਸੀ, ਅਸਾਂ ਆਪਣੇ ਆਪ ਨੂੰ ਤਾਂ ਚੰਗੇ ਹੀ ਲੱਗਸੂ ਅਤੇ ਉਹਨਾਂ ਕੋਲ ਵੀ ਅਸਾਂ ਉਵੇਂ ਹੀ ਮੰਨੋ ਕਿ ਉਹ ਵੀ ਚੰਗੇ ਹਨ। ਤਾਂ ਇਹ ਸਾਰੇ ਸ਼ਿਕਵੇ, ਗਲਤ ਫਹਿਮੀਆਂ ਸਾਰੀਆਂ ਦੂਰ ਥੀ ਵੈ ਸਨ। ਹਾਂ, ਇਹ ਹੋ ਸਕਦਾ ਹੈ ਕਿ ਤੁਹਾਡੇ ਨਾਲ ਕਹਿਣੇ ਬਹੁ ਜ਼ਿਆਦਾ ਜ਼ਿਆਦਤੀਆਂ ਕੀਤੀਆਂ ਹੋਣ ਅਤੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡਾ ਤਾਂ ਕੋਈ ਕਸੂਰ ਹੀ ਕਹਿਣੀ, ਜਿਵੇਂ ਮੈਨੂੰ ਲੱਗਦਾ ਹੈ ਮੈਡਮ ਤਾਂ ਕੋਈ ਕਸੂਰ ਹੀ ਕਹਿਣੀ, ਸਾਹਮਣੇ ਵਾਲਾ ਜਿਹੜਾ ਮੇਰਾ ਰਿਸ਼ਤੇਦਾਰ ਹੈ ਨਾ ਉਹਨੇ ਬਹੁ ਜ਼ਿਆਦਤੀਆਂ ਕਰ ਰੱਖੀਆਂ ਹਨ, ਉਹ ਬਹੁ ਪਰੇਸ਼ਾਨ ਕਰ ਰੱਖਿਆ ਹੈ ਮੇਰੇ ਕੋਲ, ਮੇਰੀ ਤਾਂ ਦਿਲ ਹੀ ਨਿਕਲ ਜਾਂਦਾ ਉਹਦੀ ਸ਼ਕਲ ਦੇਖਣ ਦਾ। ਪਰ ਜਿਹੜੇ ਵੇਲੇ ਇਹੋ ਜਿਹੀ ਗੱਲਾਂ ਦਿਮਾਗ 'ਚ ਆਵਣ ਤਾਂ ਵੱਲ ਉਹਦੇ ਕੋਲ ਇਹੋ ਸੋਚੋ
ਸਾਡੇ ਵਾਸਤੇ ਉਹ ਇੱਕ ਇਨਸਾਨ ਹੈ, ਸਾਡਾ ਨਾ ਆਪਣਾ ਹੈ ਨਾ ਪਰਾਇਆ ਹੈ, ਨਾ ਉਹਦੇ ਨਾਲ ਪਿਆਰ ਰੱਖਣਾ ਹੈ ਨਾ ਉਹਦੇ ਨਾਲ ਗੁੱਸਾ ਕਰਨਾ ਹੈ, ਬਸ ਉਹਦੇ ਕੋਲ ਥੋੜ੍ਹੀ ਦੂਰੀ ਬਣਾ ਕੇ ਰੱਖੋ, ਮੋਦੀ ਰਾਮ ਰਾਮ ਬਣਾਈ ਰੱਖੋ, ਅਤੇ ਹੋ ਸਕਦਾ ਹੈ ਕਿ ਐਵੇਂ ਦਿਲ ਮਿਲ ਹੀ ਵੰਜੇ, ਤਾਂ ਉਹ ਵੇਲੇ ਬਹੁ ਚੰਗਾ ਲੱਗ ਸੀ। ਮੈਂ ਤਾਂ ਇੱਥੇ ਕੋਸ਼ਿਸ਼ ਕੀਤੀ ਹੈ ਆਪਣੇ ਕੁਝ ਵਿਚਾਰ, ਕੋਈ ਇੱਕ ਦੋ ਤਰੇ ਵਿਚਾਰ ਦੱਸੇ ਹਨ, ਅਤੇ ਤੁਸਾਂ ਵੀ ਮੇਰੇ ਕੋਲ ਆਪਦੇ ਵਿਚਾਰ ਜ਼ਰੂਰ ਦੱਸਣਾ ਕਿ ਅਸਾਂ ਇਵੇਂ ਟੁੱਟੇ ਹੋਏ ਰਿਸ਼ਤਿਆਂ ਕੋਲ ਜਾਂ ਜਿਹੜੇ ਟੁੱਟਣ ਵਾਲੇ ਰਿਸ਼ਤੇ ਹੁੰਦੇ ਹਨ ਉਹਨਾਂ ਕੋਲ ਅਸਾਂ ਕਿਵੇਂ ਬਣਾ ਕੇ ਰੱਖ ਸਕਦੇ ਹਾਂ, ਉਹਨਾਂ ਵਿੱਚ ਪਿਆਰ ਕਿਵੇਂ ਬਣਾ ਰਹੇ, ਇਹ ਅਸਾਂ ਕਿਸ ਤਰ੍ਹਾਂ ਦੀ ਕੋਸ਼ਿਸ਼ ਕਰ ਸਕਦੇ ਹਾਂ, ਤੁਸਾਂ ਮੇਰੇ ਕੋਲ ਦੱਸਣਾ ਜ਼ਰੂਰ। ਚਲੋ ਅੱਜ ਦੀ ਵੀਡੀਓ ਇੱਥੇ ਅਸੀਂ ਖਤਮ ਕਰਦੇ ਹਾਂ, ਵਾਰ ਮਿਲਸੋ ਕਹਿ ਬਾਈ ਟੋਪਿਕ ਦੇ ਨਾਲ। ਜੇ ਮੇਰੇ ਕੋਲੋਂ ਮੁਲਤਾਨੀ ਬੋਲਣ ਵਿੱਚ ਕੋਈ ਗਲਤੀ ਥੀ ਗਈ ਹੋਵੇ ਤਾਂ ਮੇਰੇ ਕੋਲ ਮਾਫ਼ ਕਰ ਦੇਣਾ। ਚਲੋ ਵਾਰ ਮਿਲਦੇ ਹਾਂ, ਤਬ ਤੱਕ ਆਪਣਾ ਬਹੁ ਬਹੁ ਖਿਆਲ ਰੱਖਣਾ ਅਤੇ ਆਪਣਿਆਂ ਦਾ ਵੀ ਖਿਆਲ ਰੱਖਣਾ, ਠੀਕ ਹੈ? ਬਾਏ ਬਾਏ, ਰਾਮ ਰਾਮ।